सारे भैणां ते भरावां नूं सलाम। वाहवा दिन काफ़ी मसरूफीयत रही तो इसलिए कोई वीडियो बना नहीं सकिया। तो अज मैं एक सफ़र ते निकलिया सी ते मैं क्या भी होर कोई कॉन्टेंट होवे ना होवे कुछ नवा सीखने आ। तो मैं जा रहा सिंध ते निकलिया शामकोट तो हुणे ही जिहड़ा वो मोटरवे ते चढ़ जांगे। तो मैं क्या सफ़र की वीडियो बनाने लई ए जिहड़ा स्पीड ते वीडियो रिकॉर्ड की जाती है या एडिट किया जाता वह भी नाल सीखांगे नाल तुहाडे नाल गलबात भी करांगे। ਇਹ ਸਾਹਮਣੇ ਆ ਗਿਆ ਜੀ ਖਾਨੇਵਾਲ ਦਾ ਇੰਟਰਚੇਂਜ ਜਿਹਨੂੰ ਸ਼ਾਮਕੋਟ ਇੰਟਰਚੇਂਜ ਕਹਿੰਦੇ ਨੇ ਅਤੇ ਆਪਣੇ ਪਿੰਡ ਦੇ ਲਾਗੇ ਹੀ ਹੈ। ਅਤੇ ਇੱਥੋਂ ਸਫ਼ਰ ਸ਼ੁਰੂ ਕਰਾਂਗੇ। ਪਹਿਲੀ ਪਰਚੀ ਇੱਥੋਂ ਮਿਲਦੀ ਹੈ ਜੀ। ਇੱਥੇ ਕੋਈ ਪੈਸੇ ਨਹੀਂ ਦੇਣੇ ਹੁੰਦੇ, ਸਿਰਫ ਪਰਚੀ ਲੈਣੀ ਹੈ। M4 ਦਾ ਟੋਲ ਪਲਾਜ਼ਾ। ਸਫ਼ਰ ਇੱਥੋਂ ਕੋਈ 5-5.5 ਘੰਟੇ ਦਾ ਹੋਏਗਾ, ਲੇਕਿਨ ਇਸ ਸਫ਼ਰ ਦੇ ਦੌਰਾਨ ਮੈਨੂੰ ਰੀਮੇਅਰ ਖਾਨ ਤੋਂ ਆਪਣੇ ਕੁਝ ਦੋਸਤਾਂ ਨੂੰ ਨਾਲ ਲੈਣਾ ਅਤੇ ਫਿਰ ਜਾਣਾ। ਅਤੇ ਮੈਂ ਸ਼ਾਇਦ ਉੱਥੇ ਵੀ ਟੋਲ ਪਲਾਜ਼ੇ ਤੋਂ ਉਤਰਾਂਗਾ। ਅਤੇ ਇਹ ਸਾਡਾ ਸਫ਼ਰ ਹੁਣ ਇੱਥੇ ਸ਼ੁਰੂ ਹੋ ਰਿਹਾ ਜੀ। ਇੱਥੋਂ ਪਰਚੀ ਲੈਣੀ ਹੈ ਅਤੇ ਪਰਚੀ ਲੈ ਕੇ ਅਤੇ ਰੋਡ 'ਤੇ ਚੜ੍ਹ ਜਾਣਾ। ਅਤੇ ਤੁਸੀਂ ਵੀ ਨਾਲ ਸਫ਼ਰ ਇੰਜੋਏ ਕਰੋ। ਬੜੀਆਂ ਅੱਛੀਆਂ ਸੜਕਾਂ ਪੰਜਾਬ ਦੇ ਵਿੱਚ ਬਣ ਗਈਆਂ ਨੇ। ਇਹ ਜਿਹੜਾ ਹਿੱਸਾ ਇਹ ਬਹੁਤ ਪਹਿਲੇ ਦਾ ਬਣਿਆ ਹੋਇਆ ਸੀ, ਬਾਅਦ 'ਚ ਇਹਨੂੰ ਦੋਵਾਂ ਪਾਸਿਓਂ ਸੀ ਪੈਕ ਦੇ ਨਾਲ ਕਨੈਕਟ ਕਰਕੇ ਅਤੇ ਰੋਡ ਨੂੰ ਜਿਹੜਾ ਨਾ ਉਹ ਹਰ ਪਾਸੇ ਇਹਦਾ ਰਾਬਤਾ ਬਣਾ ਦਿੱਤਾ ਗਿਆ। ਲੇਕਿਨ ਚੁੱਕਿਆ ਪਹਿਲੇ ਦਾ ਬਣਿਆ ਹੋਇਆ ਸੀ। ਇਹ ਦੋ ਲੇਨ ਦੋਵਾਂ ਤਰਫ ਚੱਲਦੀਆਂ ਨੇ ਜੀ। ਆਮ ਵੱਡੇ ਮੋਟਰਵੇ ਜਿਹੜੇ ਨੇ ਉਹ 'ਤੇ 3 ਲੇਨ ਚੱਲਦੀਆਂ ਨੇ, ਲੇਕਿਨ ਇਹਦੇ 'ਤੇ ਦੋਵਾਂ ਤਰਫ ਸਿਰਫ 2 ਲੇਨ ਹੀ ਚੱਲਦੀਆਂ ਨੇ। ਬਹਰਹਾਲ ਫਿਰ ਵੀ ਬਹੁਤ ਅੱਛੀ ਰੋਡ ਹੈ। ਇਹਦੀ ਦੋਵਾਂ ਸਾਈਡਾਂ 'ਤੇ ਜੰਗਲਾਂ ਲੱਗਾ ਹੋਇਆ, ਕੋਈ ਜਾਨਵਰ ਕੋਈ ਛੋਟੀ ਟ੍ਰੈਫਿਕ ਜਿਵੇਂ ਸਾਈਕਲ ਮੋਟਰਸਾਈਕਲ ਰੇਡੀ ਵਗੈਰਾ ਉਹ ਰੋਡ 'ਤੇ ਨਹੀਂ ਆਉਂਦੇ ਨੇ। ਅਤੇ ਕਾਫੀ ਮਹਿਫੂਜ਼ ਸਫ਼ਰ ਹੁੰਦਾ। ਅਤੇ ਆਓ ਆਪਾਂ ਇਸ ਸਫ਼ਰ ਨੂੰ ਵੇਖਦੇ ਹਾਂ, ਨਜ਼ਾਰਾ ਇੰਜੋਏ ਕਰਨੇ ਹਾਂ ਅਤੇ ਨਾਲੇ ਗੱਲਬਾਤ ਕਰਨੇ ਹਾਂ। ਅਕਸਰ ਮੈਂ ਲੋਕਾਂ ਨੂੰ ਵੇਖਿਆ ਕਿ ਉਹ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਲੋਕ ਕਹਿੰਦੇ ਨੇ ਕਿ ਜੀ ਸੜਕਾਂ 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 ਬਣਾਈ ਜਾਂਦਾ ਹੈ। ਇਹ ਤੁਸੀਂ ਵੇਖੋ ਜੀ, ਐਸੀ ਹੁਣ ਜਿਹੜਾ M5 ਹੈ ਮੁਲਤਾਨ ਸੱਖਰ ਮੋਟਰਵੇ ਉਹਦੇ 'ਤੇ ਜਾ ਰਹੇ ਹਾਂ। ਸਪੀਡ ਥੋੜ੍ਹੀ ਵੀਡੀਓ ਤੇਜ਼ ਤੇਜ਼ ਦੀ ਰੱਖੀਏ ਵੀ ਜ਼ਰਾ ਰਵਾਨਗੀ 'ਚ ਗੁਜ਼ਰ ਜਾਏ ਸਫ਼ਰ, ਅਤੇ ਤੁਹਾਨੂੰ ਐਡੀਟਿਡ ਵੀਡੀਓ ਜਿਹੜੀ ਉਹ ਮਿਲੇਗੀ ਜਿਹਨੂੰ ਮੈਂ ਬਾਅਦ 'ਚ ਆਵਾਜ਼ ਦੇ ਕੇ ਅਤੇ ਰਿਕਾਰਡ ਕੀਤਾ। ਇਹ ਮੈਂ ਗੱਡੀ ਇੰਨੀ ਤੇਜ਼ ਨਹੀਂ ਚਲਾ ਰਿਹਾ ਨਾ ਮੇਰੀ ਗੱਡੀ ਇੰਨੀ ਤੇਜ਼ ਭੱਜਦੀ ਹੈ ਜੀ। ਇਹ ਨਹੀਂ ਸੋਚਣਾ ਵੀ ਉਹ ਪਤਾ ਨਹੀਂ ਕਿਹੜੀ ਟਾਰਜ਼ਨ ਵਾਲੀ ਗੱਡੀ ਲੈ ਆਇਆ। ਅਤੇ ਗੱਲ ਹੈ ਕਿ ਸੜਕਾਂ ਜਿੱਥੋਂ ਗੁਜ਼ਰ ਜਾਂਦੀਆਂ ਨੇ ਉਹ ਤੁਹਾਨੂੰ ਰਾਹ ਦੇ ਦਿੰਦੀਆਂ ਨੇ ਅੱਗੇ ਨਿਕਲਣ ਦਾ। ਉੱਥੇ ਕਾਰੋਬਾਰ ਵੱਧ ਜਾਂਦਾ, ਉੱਥੇ ਲੋਕਾਂ ਦੀ ਆਮਦੋਰਫਤ ਵੱਧ ਜਾਂਦੀ, ਉਸ ਇਲਾਕੇ ਦਾ ਐਕਸਪੋਜ਼ਰ ਵੱਧ ਜਾਂਦਾ। ਹੁਣ ਰਹੀਮੇਰ ਖਾਨ ਦੇ ਟੂਲ ਪਲਾਜ਼ੇ 'ਤੇ ਉਤਰਨ ਲੱਗੇ, ਅਤੇ ਇੱਥੇ ਤੱਕ ਆਉਣ ਲਈ ਤੁਹਾਨੂੰ ਟੋਟਲ 400 ਰੁਪਇਆ ਟੂਲ ਦਾ ਭਰਨਾ ਪੈਂਦਾ। 100 ਰੁਪਇਆ ਜਿਹੜਾ ਉਹ ਸ਼ੁਜਾਬਾਦ ਵਾਲੇ ਇੰਟਰਚੇਂਜ 'ਤੇ ਜਿੱਥੇ ਤੁਸੀਂ ਟੂਲ ਪਲਾਜ਼ੇ 'ਤੇ M5 'ਤੇ ਚੜ੍ਹਦੇ ਹੋ ਉੱਥੇ ਪਿਛਲਾ ਦੇ ਕੇ ਆਉਣਾ, ਅਤੇ ਉੱਥੋਂ ਲੈ ਕੇ ਰਹੀਮੇਰ ਖਾਨ ਤੱਕ 300 ਰੁਪਇਆ। ਅਤੇ ਅਸੀਂ ਇੱਥੇ ਹੁਣ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ। ਇੱਕ ਮੈਨੂੰ ਗਿਲਾ ਇਹਨਾਂ ਨਾਲ ਜ਼ਰੂਰ ਹੈ ਕਿ ਜੇ ਉਹ ਤੁਹਾਡੇ ਕੋਲ 3 ਕੈਬਨ ਨੇ ਤਾਂ ਤੁਸੀਂ ਜਾਣਬੁੱਝ ਕੇ ਸਿਰਫ 1 ਹੀ ਕਿਉਂ ਚਲਾਉਂਦੇ ਹੋ? ਤੁਹਾਡੇ ਕੋਲ ਸਟਾਫ ਹੈਗਾ, ਤੁਹਾਡੇ ਕੋਲ ਕੈਬਨ ਹੈਗੇ ਨੇ, ਤੁਸੀਂ ਦੋ ਪਾਸੇ ਦੇ ਬੰਦ ਕਰਕੇ ਜਾਣ ਕੇ ਲੋਕਾਂ ਨੂੰ ਲਾਈਨ 'ਚ ਲਵਾ ਕੇ ਪਤਾ ਨਹੀਂ ਕੀ ਖੁਸ਼ੀ ਮਿਲਦੀ ਹੈ ਇਹਨਾਂ ਨੂੰ, ਜਾਂ ਪਤਾ ਨਹੀਂ ਉੱਤਰ ਲਈ ਇਹਨਾਂ ਦੇ ਇੰਨੇ ਬੇਵਕੂਫ ਨੇ ਕਿਉਂ ਇਹਨਾਂ ਨੂੰ ਚੀਜ਼ਾਂ ਨੂੰ ਆਪਣੀ ਫੁੱਲ ਸਟਰੈਂਥ 'ਚ ਇਸਤੇਮਾਲ ਕਰਨ ਦਾ ਕਹਿੰਦੇ ਹੀ ਨਹੀਂ ਹੈ। ਅਤੇ ਜਦੋਂ ਵੀ ਮੈਂ ਜਾਣਾ 2 ਜਾਂ 3 ਲਾਈਨਾਂ ਹੁੰਦੀਆਂ ਲੇਕਿਨ ਬੰਦ ਹੁੰਦੀਆਂ ਨੇ, 1 ਹੀ ਖੁੱਲ੍ਹੀ ਹੁੰਦੀ। ਅਤੇ ਅਸੀਂ ਇੱਥੇ ਆਪਣਾ ਟੋਲ ਪੇ ਕਰਾਂਗੇ ਅਤੇ ਹੁਣ ਅੱਗੇ ਚੱਲਾਂਗੇ। ਇੱਥੋਂ ਰਹੀਮੇਰ ਖਾਨ ਸ਼ਹਿਰ ਵੱਲ ਨੂੰ ਜਾਂਦੀ ਹੈ ਅਤੇ ਦਰਿਆ ਪਾਰ ਕਰਕੇ ਅਤੇ ਦੂਸਰੀ ਤਰਫ ਹੀ ਰੋਡ ਜਾਂਦਾ ਜੀ। ਅਤੇ ਅਸੀਂ ਹੁਣ ਰਹੀਮੇਰ ਖਾਨ ਸ਼ਹਿਰ ਵੱਲ ਨੂੰ ਮੁੜ ਪਏ ਹਾਂ। ਇਕਬਾਲਾਬਾਦ ਚੌਂਕ ਹੈ ਇਹ N5 ਦੇ ਉੱਤੇ, ਅਤੇ N5 'ਤੇ ਆ ਕੇ ਤੁਸੀਂ ਇਕਬਾਲਾਬਾਦ ਤੋਂ ਰਹੀਮੇਰ ਖਾਨ ਸਿਟੀ ਵੱਲ ਨੂੰ ਮੁੜ ਜਾਂਦੇ ਹੋ। ਅਤੇ ਇੱਥੋਂ ਮੈਂ ਆਪਣੇ ਦੋਸਤਾਂ ਨੂੰ ਲੈ ਕੇ ਤੁਹਾਨੂੰ ਵਾਪਸ ਮੋਟਰਵੇ 'ਤੇ ਜਾਵਾਂਗਾ ਜੀ। ਅਸੀਂ ਫਿਰ ਵਾਪਸ ਆ ਗਏ ਹਾਂ ਜੀ ਮੋਟਰਵੇ 'ਤੇ। ਹੁਣ ਸਾਡਾ ਰੁੱਖ ਕੋਟਕੀ ਵੱਲ ਹੈ। ਰਹੀਮੇਰ ਖਾਨ ਤੋਂ ਦੁਬਾਰਾ ਪਰਚੀ ਲਈਏ ਅਤੇ ਹੁਣ M5 'ਤੇ ਕੋਟਕੀ ਇੰਟਰਚੇਂਜ ਤੋਂ ਅਸੀਂ ਥੱਲੇ ਉਤਰਾਂਗੇ। ਰੋਡ ਬੜਾ ਕਲੀਅਰ ਹੈ, ਰੋਡ ਦੇ ਦੋਵਾਂ ਤਰਫ ਪੌਦੇ ਲਗਾਏ ਗਏ ਨੇ, ਦਰਖਤ ਲਗਾਏ ਗਏ ਨੇ, ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ, ਬਹੁਤ ਹੀ ਅੱਛੇ ਤਰ੍ਹਾਂ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਅਤੇ ਸਫ਼ਰ ਬਹੁਤ ਤੇਜ਼ ਰਫ਼ਤਾਰ ਹੈ। ਸ਼ਾਮਕੋਟ ਇੰਟਰਚੇਂਜ ਤੋਂ ਲੈ ਕੇ ਅਤੇ ਕੋਟਕੀ ਤੱਕ ਤਕਰੀਬਨ ਕੁਝ 5.5 ਘੰਟਿਆਂ ਦਾ ਸਫ਼ਰ ਬਣਦਾ ਜੀ। ਅਤੇ ਇਹ ਅਸੀਂ ਜਿਹੜਾ ਨਾ ਹੁਣ ਇੱਥੋਂ ਸਿੰਧ ਦੇ ਇਲਾਕੇ 'ਚ ਦਾਖਲ ਹੋ ਗਏ ਹਾਂ। ਥੋੜ੍ਹਾ ਡਰਾਈ ਹੈ ਦੂਰ ਤੁਸੀਂ ਵੇਖ ਰਹੇ, ਲੇਕਿਨ ਬੜੇ ਅੱਛੇ ਬਾਗਾਤ ਖਜੂਰਾਂ ਦੇ। ਅਸੀਂ ਹੁਣ ਕੋਟਕੀ ਦੇ ਇੰਟਰਚੇਂਜ 'ਤੇ ਉਤਰਨ ਲੱਗੇ ਹਾਂ।
ਅਤੇ ਵੇਖਦੇ ਹਾਂ। ਮੈਂ ਤਕਰੀਬਨ ਕੋਈ 25 ਸਾਲ ਦੇ ਬਾਅਦ ਇਸ ਸ਼ਹਿਰ ਵੱਲ ਆਇਆ ਅਤੇ ਕੋਈ 20-21 ਸਾਲ ਦੇ ਬਾਅਦ ਮੈਂ ਸਿੰਧ 'ਚ ਪੈਰ ਰੱਖਿਆ ਅਤੇ ਵੇਖਦੇ ਹਾਂ ਕਿ ਕੈਸਾ ਸਿੰਧ ਦੀ ਹਕੂਮਤ ਵੀ ਦਾਅਵੇ ਕਰਦੀ ਹੈ, ਲੋਕ ਵੀ ਕਹਿੰਦੇ ਨੇ, ਆਵਾਮ ਬਹੁਤ ਅੱਛੀ ਇਹ 'ਚ ਕੋਈ ਸ਼ੱਕ ਨਹੀਂ। ਸਿੰਧੀ ਲੋਕ ਜਿਸ ਤਰ੍ਹਾਂ ਆਪਣੇ ਪ੍ਰਾਹੁਣੇ ਦਾ ਇਹਤਰਾਮ ਕਰਦੇ ਨੇ, ਕਮਾਲ ਕਰ ਦਿੰਦੇ। ਅਤੇ ਅਸੀਂ ਕੋਟਕੀ ਟੂਲ ਪਲਾਜ਼ੇ 'ਤੇ ਆ ਗਏ ਜੀ। ਇੱਥੇ 220 ਰੁਪਏ ਪਰਚੀ ਲੱਗਦੀ ਹੈ ਜੀ, ਰਜਮੇਰ ਖਾਨ ਤੋਂ ਲੈ ਕੇ ਕੋਟਕੀ ਤੱਕ। ਉਹ 220 ਰੁਪਏ ਇੱਥੇ ਪੇ ਕਰ ਰਹੇ ਨੇ ਅਤੇ ਇਹ ਬੈਰੀਅਰ ਚੁੱਕਿਆ ਜਾਏਗਾ। ਇੱਥੇ ਬੰਦਾ ਇਹ ਵੀ ਨਹੀਂ ਕਹਿ ਸਕਦਾ ਜੀ ਅਸੀਂ ਮੁਲਾਜ਼ਮ ਹਾਂ, ਸਾਨੂੰ ਛੱਡ ਦਿਓ। ਹੁੰਦੇ ਵੀ ਤਾਂ ਕੀ ਕਰ ਲੈਣਾ ਸੀ, ਲੇਕਿਨ ਉਹ ਜਿਹੜਾ ਇੱਕ ਫਿਲਮ ਹੈ ਨਾ ਪੰਜਾਬੀ ਜੀ, ਜੋ ਕਹਿੰਦਾ ਜੀ ਕਨੇਡਾ ਜਾ ਕੇ ਟੂਲ ਵਾਲਿਆਂ ਨੂੰ ਕਹਿੰਦਾ ਮੁਲਾਜ਼ਮ, ਮੈਨੂੰ ਉਹ ਵਾਕਿਆ ਯਾਦ ਆ ਗਿਆ ਇਹ ਤੋਂ। ਅਤੇ ਇਹ ਅਸੀਂ ਕੋਟਕੀ ਸ਼ਹਿਰ ਵੱਲ ਨੂੰ ਚੱਲਦੇ ਹਾਂ। ਕੋਟਕੀ ਇੰਟਰਚੇਂਜ ਦੀ ਇੱਕ ਖਾਮੀ ਇਹ ਵੀ ਕਿ ਇਹਨਾਂ ਨੇ ਅਗਲੇ ਪਾਸੇ ਰੋਡ ਦੇ ਨਾਲ ਇਹਨੂੰ ਕਨੈਕਟ ਨਹੀਂ ਕੀਤਾ, ਦੋਵਾਂ ਪਾਸੇ ਹੀ ਉਹਨੂੰ ਰਾਹ ਦੇ ਕੇ ਅਤੇ ਫਿਰ ਮੋਟਰਵੇ ਦੇ ਨਾਲ ਨਾਲ ਇੱਕ ਛੋਟੀ ਜਿਹੀ ਸਾਈਡਿੰਗ 'ਤੇ ਰੋਡ ਜਾ ਰਿਹਾ, ਉਸ ਰੋਡ ਦੇ ਨਾਲ ਤੁਸੀਂ ਸ਼ਹਿਰ 'ਚ ਦਾਖਲ ਹੁੰਦੇ ਹੋ। ਯਾਨੀ ਅਜੇ ਤੱਕ ਮੋਟਰਵੇ ਇੰਟਰਚੇਂਜ ਨੂੰ ਸ਼ਹਿਰ ਨਾਲ ਪ੍ਰੋਪਰਲੀ ਕਨੈਕਟ ਨਹੀਂ ਕੀਤਾ ਗਿਆ। ਇਹ ਮੇਰਾ ਖਿਆਲ ਹੈ ਕਿ ਜ਼ਿਲ੍ਹੇ ਹਕੂਮਤ ਦਾ ਅਤੇ ਸੂਬਾਈ ਹਕੂਮਤ ਦਾ ਕੰਮ ਹੈ, ਉੱਤੋਂ ਨੈਸ਼ਨਲ ਹਾਈਵੇ ਨੇ ਤਾਂ ਮੋਟਰਵੇ ਗੁਜ਼ਾਰ ਦਿੱਤਾ, ਹੁਣ ਉਹਦੇ ਨਾਲ ਜਿਹੜੇ ਉਹਨਾਂ ਨੇ ਆਪਣੇ ਇੰਟਰਚੇਂਜ ਵੀ ਉਤਾਰਤਾ ਜਿੱਥੋਂ ਤੱਕ ਉਹਨਾਂ ਦਾ ਕੰਮ ਸੀ, ਇਹਨੂੰ ਸ਼ਹਿਰ ਨਾਲ ਕਨੈਕਟ ਕਰਨਾ ਤਾਂ ਕਿ ਸ਼ਹਿਰ ਦੇ ਲੋਕ ਉਹਦੇ ਤੋਂ ਫਾਇਦਾ ਚੁੱਕਣ, ਇਹ ਤਾਂ ਲੋਕਲ ਹਕੂਮਤਾਂ ਦਾ ਕੰਮ ਹੈ। ਅਤੇ ਇਹਦੇ ਵਿੱਚ ਥੋੜ੍ਹੀ ਜਿਹੀ ਹਕੂਮਤ ਦੀ ਸੁਸਤੀ ਨਜ਼ਰ ਆ ਰਹੀ ਹੈ। ਅਸੀਂ ਹੁਣ ਬਿਲਕੁਲ ਨਾਲ ਛੋਟੀ ਜਿਹੀ ਸਾਈਡਿੰਗ ਰੋਡ ਇਹ 'ਤੇ ਆ ਗਏ ਹਾਂ ਅਤੇ ਅਸੀਂ ਸਫ਼ਰ ਕਰਾਂਗੇ ਕੋਟਕੀ ਸ਼ਹਿਰ ਵੱਲ ਨੂੰ। ਅਤੇ ਅਸੀਂ ਜਾ ਰਹੇ ਹਾਂ ਜੀ, ਸ਼ਹਿਰ ਤੋਂ ਤਕਰੀਬਨ ਕੋਈ 10 ਮਿੰਟ 12 ਮਿੰਟ ਦਾ ਸਫ਼ਰ ਬਣਦਾ, ਲੇਕਿਨ ਉਹ ਘੱਟ ਹੋ ਸਕਦਾ, ਸ਼ਾਇਦ ਉਹ 3-4 ਮਿੰਟ ਦਾ ਹੋ ਸਕਦਾ, ਲੇਕਿਨ ਇਹ ਹਿੱਸਾ ਰੋਡ ਦਾ ਫਿਰ ਵੀ ਠੀਕ ਹੈ। ਅੱਗੇ ਜਾ ਕੇ ਤੁਸੀਂ ਵੇਖੋਗੇ ਕਿ ਅਸੀਂ ਜਦੋਂ ਇਸ ਰੋਡ ਤੋਂ ਸਾਈਡ 'ਤੇ ਉਤਰਾਂਗੇ ਅਤੇ ਉਹਦੀ ਵਜ੍ਹਾ ਨਾਲ ਸਾਡਾ ਸਫ਼ਰ ਜਿਹੜਾ ਉਹ ਆਹਿਸਤਾ ਹੋ ਰਿਹਾ। ਮੈਂ ਇਸ ਇਲਾਕੇ 'ਚ ਜ਼ਿਆਦਾ ਲੋਕਾਂ ਨੂੰ ਤਾਂ ਨਹੀਂ ਜਾਣਦਾ, ਸਿਰਫ ਕਿਸੇ ਨਾਲ ਇੱਕ ਮੁਲਾਕਾਤ ਸੀ ਅਤੇ ਉਹਦੀ ਵਜ੍ਹਾ ਨਾਲ ਅਸੀਂ ਸਾਰੇ ਇੱਥੇ ਆਏ, ਲੇਕਿਨ ਅਸੀਂ ਇਹ ਹੁਣ ਸ਼ਹਿਰ ਨਾਲ ਕਨੈਕਟ ਕਰਦਾ ਜੀ ਰੋਡ, ਇਹਨੂੰ ਵੇਖੋ ਤੁਸੀਂ। ਅਤੇ ਇਹ ਤਾਂ ਰੋੜਾ ਬਾਜਦਾ, ਲੇਕਿਨ ਮੇਰਾ ਖਿਆਲ ਹੈ 2 ਸਾਲ ਹੋ ਗਏ ਨੇ ਇੰਟਰਚੇਂਜ ਖੁੱਲ੍ਹੇ ਨੂੰ ਅਤੇ ਉਹਦੇ ਬਾਅਦ ਕੋਈ ਵੀ ਕੰਮ ਇੱਥੇ ਨਹੀਂ ਹੋਇਆ। ਅਤੇ ਇਹ ਜਿਹੜਾ ਉਹ ਲੋਕਾਂ ਦੀ ਲੋਕਲ ਇੰਤਜ਼ਾਮੀਆਂ ਦੀ ਥੋੜ੍ਹੀ ਸੁਸਤੀ ਵੀ ਹੈ ਅਤੇ ਸ਼ਹਿਰ ਦੇ ਨਾਲ ਇੱਕ ਅੱਛਾ ਸਲੂਕ ਨਹੀਂ ਵੀ ਹੈ ਕਿ ਤੁਸੀਂ ਸ਼ਹਿਰ ਨੂੰ ਇੱਕ ਹੱਕ ਤੋਂ ਮਹਿਰੂਮ ਕੀਤਾ ਹੋਇਆ ਕਿ ਉਹ ਪਿੱਛੋਂ ਤਾਂ ਬਹੁਤ ਅੱਛਾ ਸਫ਼ਰ ਕਰਕੇ ਲੋਕ ਆ ਜਾਣ, ਲੇਕਿਨ ਇਸ ਰੋਡ ਦੀ ਵਜ੍ਹਾ ਨਾਲ ਉਹਨਾਂ ਨੂੰ ਮਜ਼ੀਦ ਗੱਡੀ ਨੂੰ ਵੀ ਮਸਲੇ, ਲੋਕਾਂ ਨੂੰ ਵੀ ਮਸਲੇ, ਸਫ਼ਰ ਦੀ ਵੀ ਤੰਗੀ। ਅਤੇ ਇਹਨੂੰ ਬਿਹਤਰ ਕਰਨ ਦੀ ਲੋੜ ਹੈ, ਲੇਕਿਨ ਦੋਵਾਂ ਪਾਸੇ ਸ਼ਹਿਰ ਦੀ ਆਬਾਦੀ ਦੇ ਵਿੱਚ ਅਸੀਂ ਦਾਖਲ ਹੋ ਰਹੇ ਹਾਂ ਅਤੇ ਵੇਖਦੇ ਹਾਂ ਕਿ ਸ਼ਹਿਰ ਕੈਸਾ ਹੈ। ਛੋਟਾ ਜਿਹਾ ਸ਼ਹਿਰ ਹੈ, ਕੋਟਕੀ ਜ਼ਿਲ੍ਹਾ ਜ਼ਰੂਰ ਹੈ, ਲੇਕਿਨ ਜ਼ਿਲ੍ਹਾ ਕੋਟਕੀ ਦੇ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਨੇ ਉਹ ਮੀਰਪੁਰ ਮਥੇਲੋ 'ਚ ਬਣੇ ਹੋਏ ਨੇ ਮੈਂ ਸੁਣਿਆ, ਅਤੇ DC ਸਾਹਿਬ ਵੀ ਉੱਥੇ ਬੈਠਦੇ ਨੇ। ਅਤੇ ਇਹ ਮੈਨੂੰ ਸਮਝ ਨਹੀਂ ਆਈ ਕਿ ਇਹਦਾ ਕੀ ਸਾਇੰਸ ਹੈ, ਲੇਕਿਨ ਆਬਾਦੀ ਕਾਫੀ ਵੱਧ ਰਹੀ ਹੈ ਸ਼ਹਿਰ ਦੇ ਵਿੱਚ। ਡਿਸਟ੍ਰਿਕਟ ਹੋਸਪਿਟਲ ਵੀ ਹੈ ਸ਼ਹਿਰ ਦੇ ਵਿੱਚ, ਸ਼ਾਹ ਅਬਦੁਲ ਲਤੀਫ ਬਟਾਈ ਯੂਨੀਵਰਸਿਟੀ ਦਾ ਕੈਂਪਸ ਵੀ ਬਣਿਆ ਹੋਇਆ। ਕੋਟਕੀ ਦੀ ਜਿਹੜੀ ਅਹਿਮ ਚੀਜ਼ ਹੈ ਉਹ ਇੱਥੋਂ ਦੇ ਪੇੜੇ ਨੇ, ਉਹ ਤਕੋਨੀ ਜਿਹੇ ਪੇੜੇ ਹੁੰਦੇ ਨੇ ਜਿਵੇਂ ਲਾਟੂ ਦੀ ਸ਼ਕਲ ਦੇ, ਅਤੇ ਖੋਏ ਦੇ ਬਣੇ ਹੁੰਦੇ ਨੇ, ਬਹੁਤ ਹੀ ਮਜ਼ੇਦਾਰ ਹੁੰਦੇ ਨੇ। ਅਤੇ ਜੇ ਕਦੀ ਤੁਹਾਡਾ ਕੋਟਕੀ ਦਾ ਚੱਕਰ ਲੱਗੇ ਤਾਂ ਜ਼ਰੂਰ ਉਹ ਟਰਾਈ ਕਰੋ। ਇਹ ਸ਼ਹਿਰ ਦੇ ਦਰਮਿਆਨ ਵਾਲੀ ਜਿਹੜੀ ਪੁਰਾਣੀ ਵੱਡੀ ਰੋਡ ਹੈ ਉਹ ਇਹਨੂੰ ਕ੍ਰੋਸ ਕਰਕੇ ਤਾਂ ਅਸੀਂ ਸ਼ਹਿਰ 'ਚ ਜਾਵਾਂਗੇ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ। ਅਤੇ ਮੈਂ ਦੱਸ ਰਿਹਾ ਸੀ ਕਿ ਇਹ ਸੜਕਾਂ ਜਿਹੜੀਆਂ ਨੇ ਇਹ ਲੋਕਾਂ ਵਾਸਤੇ ਰੋਜ਼ਗਾਰ ਦੇ ਟਿਕਾਣੇ ਬਣਾਉਣ ਦਾ ਬਾਇਸ ਬਣਦੇ, ਆਪਣੇ ਰੋਜ਼ਗਾਰ ਤੱਕ ਜਲਦੀ ਜਾਣ ਦਾ ਬਾਇਸ ਬਣਦੇ, ਆਪਣੀ ਪ੍ਰੋਡਕਟ ਨੂੰ ਜਲਦੀ ਟਰਾਂਸਪੋਰਟ ਕਰਨ ਦਾ ਬਾਇਸ ਬਣਦੀਆਂ ਨੇ। ਅਤੇ ਇਹਨਾਂ ਦਾ ਫਾਇਦਾ ਹੀ ਹੈ, ਸੜਕ ਕਿਤੇ ਬਣੀ ਦਾ ਵੀ ਕਦੀ ਨੁਕਸਾਨ ਨਹੀਂ ਹੁੰਦਾ, ਉਹ ਇੱਕ ਇਲਾਕੇ ਦੀ ਆਬਾਦਕਾਰੀ 'ਚ ਬਹੁਤ ਅੱਛਾ ਰੋਲ ਪਲੇ ਕਰਦੀ ਹੈ। ਅਤੇ ਜਿੱਥੋਂ ਤੱਕ ਮੈਂ ਸਮਝਣਾ ਸਿੰਧ ਦੇ ਵਿੱਚ ਮੋਟਰਵੇ ਗੁਜ਼ਰ ਗਿਆ ਸੱਖਰ ਤੱਕ, ਹੈਦਰਾਬਾਦ ਤੱਕ ਵੀ ਆ ਗਿਆ ਕਰਾਚੀ ਤੋਂ, ਹੁਣ ਹੈਦਰਾਬਾਦ ਸੱਖਰ ਨੂੰ ਕਨੈਕਟ ਕਰਨ ਦੀ ਲੋੜ ਹੈ। ਜਦੋਂ ਉਹ ਕਨੈਕਟ ਹੋ ਗਿਆ ਫਿਰ ਇਹ ਲੋਕਲ ਗਵਰਨਮੈਂਟ ਦਾ ਕੰਮ ਹੋਏਗਾ, ਸੂਬਾਈ ਗਵਰਨਮੈਂਟ ਦਾ, ਲੋਕਲ ਗਵਰਨਮੈਂਟ ਦਾ, ਕਿ ਉਹ ਆਪਣੇ ਸ਼ਹਿਰਾਂ ਨੂੰ, ਆਪਣੇ ਕਸਬਿਆਂ ਨੂੰ, ਆਪਣੇ ਇਲਾਕੇ ਨੂੰ ਉਹਦੇ ਨਾਲ ਜੋੜਨ ਤਾਂ ਕਿ ਉਹਨਾਂ ਦੀ ਐਕਸੈਸਬਿਲਿਟੀ ਹਰ ਇਲਾਕੇ 'ਚ ਹੋ ਸਕੇ। ਹੁਣ ਯਾਨੀ ਅੱਜ ਦੀ ਡੇਟ 'ਚ ਤੁਸੀਂ ਪਿਸ਼ਾਵਰ ਤੋਂ ਮੋਟਰਵੇ 'ਤੇ ਪੈਰ ਰੱਖੋ ਤਾਂ ਤੁਸੀਂ ਸਿੱਧੇ ਸੱਖਰ ਜਾਓ ਭਾਈ, ਜਿਹੜੇ ਮਰਜ਼ੀ ਸ਼ਹਿਰ 'ਚ ਉਤਰੋ, ਲੇਕਿਨ ਜੇ ਉਹ ਸ਼ਹਿਰ 'ਚ ਉਤਰਦੇ ਅੱਗੇ ਉਹਨਾਂ ਨੂੰ ਰਸਤਾ ਨਾ ਮਿਲੇ ਤਾਂ ਫਿਰ ਕੀ ਕਰੀਏ ਜੀ। ਇਹ ਹੁਣ ਅਸੀਂ ਇੱਕ ਉਹਨਾਂ ਦੀ ਮਾਰਕੀਟ ਦੇ ਵਿੱਚੋਂ ਦੀ ਸ਼ੋਰਟਕੱਟ ਮਾਰਿਆ ਅਤੇ ਸ਼ਹਿਰ ਵੱਲ ਨੂੰ
अजे भी जा रहे हैं। शहर कुछ इस तरह दी है कि कितों आबाद है कितों नहीं आबाद है, एक दो बाजार ने वड्डे लेकिन बाकी जरा वो सबर्ब्स की तरह ही बनया हुआ है, तो खुले डुलियाँ कलोनिया ने उन्होंने लोग अपना बसेरा की पैन है। तो पंजाबी कम्यूनिटी भी उत्थे काफ़ी रही है लेकिन वो सिंधी भी बोलते हैं, वो पंजाबी भी बोलते हैं, उर्दू भी बोलते हैं। तो सब तो जो चंगा लफज मैं लगता उतों का, वो जो बंदा भावें पंजाबी है भावें सिंधी तुम साई कह के बुला तो हाथ जोड़ के सलाम कर दे, वो बड़ी खूबसूरत उन्होंने रवायत लगती। तो बड़ी मैं खुशी भी हुई जो मैं उन्होंने मिलया इस दौरान, तो ऐसी उस तकरीबन कलोनी से पहुँच गए जिस असी अपने मेज़बान को मिलना, तो फिर उन्होंने सानू लै के जाना है। इत्थे पंजाबी क्रिश्चन कम्यूनिटी भी काफ़ी रहती है, तो उन्हों का चर्च है कोटकी दे विच बहुत पुराना है, तो उस चर्च में वेखने लिए असी जाना है। लेकिन चर्च के अंदर मीटिंग वास्ते उन्होंने मैं मना किया कि तुम इस वीडियो लिए उन्हें यूज़ नहीं करना, तो मैं अंदर वाली वीडियो जी वो नहीं बना सकता। लेकिन ए उतों तक असी तुम जरा ना वो पहुँचावे, तो बस सफ़र की सूरत हाल थोड़े ना गुजारी जी, कुछ गल्लां बातें थोड़े ना कीतियां ने, तो असी हुण चर्च वल रवाना हो गए जी। वो शहर के विच ते कोटकी दे विच मैनू लग्या कि बहुत गुंजाइश है। साबक वज़ीर आला सिंध अली मुहम्मद महर साहब का इलाका है, तो वड़े जमींदार वड़े जागीरदार ने, लेकिन वो अगर वज़ीर आला सन या उन्होंने खानदान का असर रसूख है तो उन्होंने अपने शहर में डिवेलप करन दे जिहड़ा जिहड़े बुनियादी नुकात ने उन्होंने थोड़ा जिहा गौर करन दी जरूरत है, तो उन्होंने इंप्रूव करन दी जरूरत। चीज़ों की अपीयरेंस बहुत हुण जिहड़ा ना वो मैटर करती है, तो उन्होंने भी कोशिश करना चाहिए कि अपने शहर में प्रजेंटेबल बना, लोगों वास्ते ज़्यादा रगबत रखन ताकि लोग उस दे वल आना पसंद करा, उत्थे कारोबार लई कम लई जॉब लई आ सकन, जॉब अपॉर्चुनिटीज़ क्रिएट होन, लोग अपने कारोबार उत्थे लगान, लोगों भी फायदा होवे। तो असी हुण तकरीबन जिहड़ा ना वो शहर के मेन इलाकों के जिहड़ा ना वो पहुँच गए हैं, तो हर तरह की मार्केट है, लोकल सिंधी प्रोडक्ट्स भी उत्थे मिलदियां पईयां ने, जिहड़ा असी कंस्ट्रक्शन के समान के विचों गुजर रहे हैं जिथे इटा ते टसू ते इन दीयां चीज़ां मिलदियां ने। मथेलो रोड मेन इलाका है शहर का, पुराना रोड है, तो वो उत्ते काफ़ी सारे पुराने बिल्डिंग्स अड्डा वगैरह भी उधर ही सी, तो उत्थे ही चर्च रोड भी है, चर्च स्ट्रीट उन्होंने कहते हैं, तो उस चर्च स्ट्रीट के विच असी जाना है जिहड़ा कि मैनूं दस्सिया गया। ऐसी मेन मथेलो रोड पर पहुँच गए जी, तो हूँ असी उस स्ट्रीट वालों जा रहे हैं। मेरी ख्वाहिश थी कि मैं तुम्हें चर्च की वीडियो विखाता कि लोग इतने किमें रेंगे ने की बात करते हैं, लेकिन मैं बस उन्होंने अपने रीजनस हो गए, मैं उन्होंने ख्वाहिश का एहतराम किया, तो असी सिर्फ जरा मेन स्ट्रीट तक पहुँचे उस सामने बिल्कुल तुम गली पहुँच गए, बोर्ड लगा नज़र आ रहा जी हाँ उन्होंने इतने लिखा हुआ, तो इस गली के आखिर तक जरा वो चर्च बने हुए हूँ। मुलाकात करके असी बाहर निकल आए, तो बहुत अच्छी मुलाकात रही है, तो शेड़ चे अजरक उन्होंने मेरे गले च पाई तो सीधी टोपी दी, वो सामने पई सी अजरक का शेड़ नज़र आ रहा, यह भी उन्होंने बड़ी अच्छी रवायत है कि हर आने वाले मेहमान नूं वो बड़े प्यार नाल सिंधी अजरक तो टोपी का तोहफा देंदे ने, तो बड़ा अच्छा लगता है। वापसी असी हुण अपने सफ़र ते रवाना हो चुके हैं, तो घर पहुँच के मिलांगे जी। अल्लाह हाफिज़ जी।